ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਠੀਕ ਹੋਵੋਗੇ ਜੀ। ਅੱਜ ਜਾ ਰਹੇ ਹਾਂ ਜੀ ਅਸੀਂ ਸੁਰ ਸਿੰਘ ਨੂੰ, ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ, ਅਤੇ ਉਹਨਾਂ ਦੇ ਅਸਥਾਨ 'ਤੇ ਜਾ ਰਹੇ ਹਾਂ ਜੀ। ਅੱਜ ਸ਼ਹੀਦੀ ਸਮਾਗਮ ਹੈ ਜੀ ਅਤੇ ਜਾ ਰਹੇ ਹਾਂ। ਅੱਜ ਠੰਡ ਬਹੁਤ ਹੈ ਅਤੇ ਬਾਹਰ ਧੁੱਪ ਦਾ ਮੌਸਮ, ਵਿਜ਼ੀਬਿਲਟੀ ਕਾਫੀ ਘੱਟ ਹੈ ਅਤੇ ਪਿਛਲੇ 4-5 ਪ੍ਰੋਗਰਾਮਸ ਦੇ ਵਿੱਚ ਸਿਮਰਨਜੀਤ ਸਿੰਘ ਸਾਡੇ ਕੋਲ ਗੈਰ ਹਾਜ਼ਰ ਸੀਗਾ ਅਤੇ ਇਹ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਸੀਗਾ ਜੀ, ਇਹਨੂੰ ਠੰਡ ਲੱਗ ਗਈ ਸੀ ਅਤੇ ਅੰਦਰ ਤੱਕ ਤੁਰ ਕਰ ਗਈ ਠੰਡ। ਆਹੋ, ਇਹ ਕਾਫੀ ਵਿਚਾਰਾ ਠੰਡ ਲਵਾਈ ਫਿਰਦਾ ਸੀਗਾ। ਮੈਂ ਕਿਹਾ ਚੱਲ ਰੈਸਟ ਕਰ ਲਿਆ 5-7 ਦਿਨ ਅਤੇ ਫਿਰ ਆ ਜੀ, ਅਤੇ ਹੁਣ ਇਹ ਠੀਕ ਹੈ ਜੀ 9/9 ਅਤੇ ਹੁਣ ਚਲੋ ਜੀ ਚੱਲਦੇ ਹਾਂ, ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ। ਸੋਰੀ ਕਰਦੇ ਆਪਣੇ ਗਲੇ ਨੂੰ, ਲੱਗਦਾ ਠੰਡ ਲੱਗ ਗਈ। ਨਹੀਂ ਨਹੀਂ, ਉਹ ਮਾੜਾ ਜਿਹਾ ਨਾ ਉਹ ਕਾਰਬਨ ਆ ਜਾਂਦੀ ਕਿਸੇ ਸਵੇਰ ਦਾ। ਲਓ ਜੀ ਦੇਖੋ ਵਿਜ਼ੀਬਿਲਟੀ ਬਾਹਰ ਦੀ, ਇਹ ਇੱਥੇ ਕੈਮਰੇ ਦੇ ਵਿੱਚ ਫਿਰ ਥੋੜ੍ਹੀ ਸਾਫ਼ ਨਜ਼ਰ ਆ ਰਹੀ ਹੈ, ਅਦਰਵਾਈਜ਼ ਹੈ ਨਹੀਂ ਹੈ ਇੰਨੀ, ਕੈਮਰਾ ਸਾਡੇ ਤੋਂ ਜ਼ਿਆਦਾ ਸਾਫ਼ ਦੇਖ ਰਿਹਾ। ਲਓ ਜੀ ਟੋਲ, ਪੰਜਾਬ ਦੇ ਸਾਰੇ ਟੋਲ ਬੰਦ ਨੇ ਅਜੇ ਵੀ, ਕਿਉਂਕਿ ਜਿਹੜਾ ਪ੍ਰੋਟੈਸਟ ਚੱਲ ਰਿਹਾ ਕਿਸਾਨਾਂ ਦਾ, ਅਜੇ ਤੱਕ ਉਹਨਾਂ ਨੂੰ ਬਣਦੇ ਹੱਕ ਨਹੀਂ ਮਿਲੇ ਅਤੇ ਉਹ ਅਜੇ ਵੀ ਦਿੱਲੀ ਬੈਠੇ ਹੋਏ ਨੇ ਬਾਰਡਰ 'ਤੇ, ਅਤੇ ਪਰਮਾਤਮਾ ਕਿਰਪਾ ਕਰਨ, ਕਿਉਂਕਿ ਮੌਸਮ ਬਹੁਤ ਜ਼ਿਆਦਾ ਠੰਡਾ ਹੋਇਆ ਪਿਆ, ਵੇਖ ਕੇ ਮਨ ਦੁਖਦਾ ਕਿ ਸਾਡਾ ਅੱਧਾ ਪੰਜਾਬ ਜਿਹੜਾ ਉਹ ਦਿੱਲੀ ਦੇ ਬਾਰਡਰ 'ਤੇ ਬੈਠਾ ਹੋਇਆ, ਕਿਸਾਨ ਵੀਰ ਜਿਹੜੇ ਸਾਡੇ ਨੇ, ਅਤੇ ਤੁਸੀਂ ਸਾਰੇ ਅਰਦਾਸ ਕਰਿਓ। ਅਸੀਂ ਉਸ ਦਿਨ ਗਏ ਸੀ ਕੀਰਤਨ ਕਰਨ ਵੀ, ਸ਼ਹੀਦੀ ਸਮਾਗਮ ਉੱਥੇ ਅਸੀਂ ਮਨਾਇਆ, ਅਤੇ ਮੈਂ ਕਹਿੰਦਾ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਇੰਨੇ ਚੜ੍ਹਦੀ ਕਲਾ ਦੇ ਵਿੱਚ ਸਾਰੇ ਬੈਠੇ ਹੋਏ ਨੇ ਉੱਥੇ, ਅਤੇ ਵੇਖ ਕੇ ਬਹੁਤ ਜਿੱਦਾਂ ਨਾ ਅੰਦਰੋਂ ਖੁਸ਼ੀ ਵੀ ਹੁੰਦੀ ਹੈ ਅਤੇ ਉਹਨਾਂ ਲਈ ਅਰਦਾਸ ਵੀ ਨਿਕਲਦੀ ਹੈ ਵੀ ਕੈਸੇ ਜਜ਼ਬੇ ਨਾਲ ਬੈਠੇ ਹੋਏ ਨੇ ਇੰਨੀ ਠੰਡ ਦੇ ਵਿੱਚ। ਅਤੇ ਸੋ ਅਰਦਾਸ ਜ਼ਰੂਰ ਕਰਿਓ, ਅਤੇ ਜਿਹੜੇ ਨਾਲ ਖੜ੍ਹ ਸਕਦੇ ਆ ਉਹ ਜ਼ਰੂਰ ਖੜ੍ਹੇ ਹੋਵੋ ਉਹਨਾਂ ਦੇ ਨਾਲ, ਅਤੇ ਜੋ ਵੀ ਕਿਸੇ ਕਿਸਮ ਦੀ ਵੀ ਮਦਦ ਕਰ ਸਕਦੇ ਆ ਉਹ ਉੱਥੇ ਜਾ ਕੇ ਵੇਖੋ ਵੀ ਕਿਹੜੀ ਚੀਜ਼ ਦੀ ਮਦਦ ਦੀ ਲੋੜ ਹੈ, ਤੁਸੀਂ ਜ਼ਰੂਰ ਉੱਥੇ ਕਰੋ। ਹਾਲਾਂਕਿ ਪਰਮਾਤਮਾ ਦੀ ਕਿਰਪਾ ਸਾਡੇ ਪੰਜਾਬੀਆਂ 'ਤੇ ਕਿ ਜਿੱਥੇ ਬਹਿ ਜਾਣ ਉੱਥੇ ਰੋਟੀ ਦੀ ਘਾਟ ਨਹੀਂ, ਛੱਤ ਦੀ ਘਾਟ ਨਹੀਂ ਹੈ, ਹਰ ਚੀਜ਼ ਉੱਥੇ ਮੌਜੂਦ ਹੈ, ਪਰ ਫਿਰ ਵੀ ਤੁਸੀਂ ਜ਼ਰੂਰ ਜਾਓ ਉੱਥੇ, ਤੁਹਾਡੇ ਜਾਣ ਦੇ ਨਾਲ ਸਾਰਿਆਂ ਨੂੰ ਹੌਸਲਾ ਮਿਲਦਾ, ਤੁਸੀਂ ਜ਼ਰੂਰ ਉੱਥੇ ਜਾਓ ਅਤੇ ਦੇਖੋ ਕਿਹੜੀ ਚੀਜ਼ ਦੀ ਲੋੜ ਹੈ ਅਤੇ ਉਹ ਚੀਜ਼ ਤੁਸੀਂ ਜ਼ਰੂਰ ਉੱਥੇ ਅਵੇਲੇਬਲ ਕਰਾਓ ਜੀ। ਤਾਂ ਜੀ ਦੂਜੇ ਟੋਲ 'ਤੇ ਪਹੁੰਚ ਗਏ ਹਾਂ, ਆਹ ਦੇਖੋ ਜੀ ਕਮਾਲ ਹੋਈ ਪਈ ਧੁੰਦ ਜੀ ਦਾ, ਧੁੰਦ ਬਹੁਤ ਘੱਟ ਪੈਂਦੀ ਹੈ ਜਦੋਂ ਸੂਰਜ ਨਿਕਲ ਆਉਂਦਾ ਤੇ ਇਸ ਵਕਤ ਤਾਂ ਬਹੁਤ ਰਹਿਰ ਹੁੰਦਾ। ਇਹ 5:11 ਹੈ ਅਤੇ ਹਾਲ ਵੇਖ ਲਓ, ਆਹ ਇੱਥੇ ਤਾਂ ਮੈਂ ਕਹਿੰਦਾ ਫਿਰ ਸਾਫ਼ ਨਜ਼ਰ ਆ ਰਿਹਾ ਇਹਦੇ ਵਿੱਚ, ਪਰ ਸਾਨੂੰ ਬਿਲਕੁਲ ਨਜ਼ਰ ਨਹੀਂ ਆ ਰਿਹਾ। ਆਹ ਸੀਟ ਇੱਥੇ ਹੈ ਅਤੇ ਅਮਨਜੋਤ ਇੱਥੇ ਹੈ, ਅੱਗੇ ਹੋ ਕੇ ਗੱਡੀ ਚਲਾ ਰਿਹਾ ਕਿ ਮੈਨੂੰ ਜ਼ਿਆਦਾ ਨਜ਼ਰ ਆ ਜਾਵੇ ਸਿਚੁਏਸ਼ਨ ਦੇ ਹਿਸਾਬ ਨਾਲ, ਸੀਟ ਚੇਂਜ ਕਰਨੀ ਪੈ ਰਹੀ ਹੈ। 5:22 ਅਤੇ ਕਣਕ ਹੋਰ ਘਟਾ ਛਾਈ ਹੋਈ ਹੈ ਧੁੰਦ ਦੀ, ਇਸ ਟਾਈਮ ਕੈਮਰਾ ਵੀ ਫੋਕਸ ਨਹੀਂ ਕਰ ਰਿਹਾ ਕਿਉਂਕਿ ਸਾਡੇ ਆਪਣੇ ਲੈਂਸ ਚੰਗੇ ਆਏ ਪਏ। ਆਹੋ ਦੇਖ ਲਾ ਕੈਮਰਾ ਫੋਕਸ ਵੀ ਨਹੀਂ ਕਰ ਰਿਹਾ, ਇੰਨੀ ਜ਼ਿਆਦਾ ਧੁੰਦ ਹੈ ਕਿ ਕੈਮਰਾ ਵੀ ਫੋਕਸ ਨਹੀਂ ਕਰ ਪਾ ਰਿਹਾ, ਕੈਮਰੇ ਨੂੰ ਵੀ ਨਹੀਂ ਦੇਖ ਰਿਹਾ ਕਿੱਥੇ ਫੋਕਸ ਕਰਾਂ, ਕਿੱਥੇ ਫੋਕਸ ਕਰਾਂ। ਇੱਥੇ ਨਾ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸੁਰ ਸਿੰਘ ਲੰਘ ਹੀ ਨਾ ਜਾਵੇ ਕਿਉਂਕਿ ਧੁੰਦ ਬਹੁਤ ਜ਼ਿਆਦਾ, ਅਤੇ ਅਸੀਂ ਵੇਖ ਰਹੇ ਹਾਂ ਵੀ ਇੱਥੇ ਸਾਈਡ 'ਤੇ ਨਾ ਇੱਕ ਸੜਕ ਲੰਘਣੀ ਹੈ ਅਤੇ ਹੌਲੀ ਹੌਲੀ ਅਸੀਂ ਬਹੁਤ ਜ਼ਿਆਦਾ ਆਪਣੀ ਨਿਗਾਹ ਲਗਾ ਕੇ ਵੀ ਕਿਤੋਂ ਅਸੀਂ ਅੱਗੇ ਨਾ ਲੰਘ ਜਾਈਏ। ਇਹੀ ਹੈ
ਬੋਰਡ ਵੀ ਲੱਗਾ ਹੋਇਆ ਇਹੀ 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 ਲੱਭ ਗਿਆ ਜੀ ਲੱਭ ਗਿਆ ਸਾਨੂੰ ਲਓ ਜੀ ਪਹੁੰਚ ਗਏ ਆ ਜੀ ਸਾਹਮਣੇ ਸੋਢਾ ਸਿੰਘ ਜੀ ਸਾਡੇ ਖੜੇ ਤੇ ਸੋਢਾ ਸਿੰਘ ਜੀ ਦਾ ਬੇਟਾ ਵੀ ਨਾਲ ਖੜਾ ਆਫਟਰ ਆਲ ਇੰਨੀ ਧੁੰਦ ਦੇ ਬਾਵਜੂਦ ਵੀ ਅਸੀਂ ਪਹੁੰਚ ਗਏ ਹਾਂ ਜੀ ਤੁਸੀਂ ਦੇਖ ਕੇ ਆਈਡੀਆ ਲਾ ਸਕਦੇ ਕੁਛ ਨੀ ਦੇਖ ਰਿਹਾ ਆਹ ਦੇਖੋ ਜੀ ਆਹ ਜਿਹੜਾ ਪਿਛਲਾ ਕੈਮਰਾ ਇਹ ਸਭ ਧੁੰਦ ਹੈ ਧੁੰਦ ਦਾ ਮਤਲਬ ਹੈ ਵੀ ਬਰੀਕ ਸਨੋਹ ਫਿਲਹਾਲ ਹਵਾਵਾਂ ਛੂਪਦੀਆਂ ਅਸੀਂ ਨਿਕਲ ਚੱਲੇ ਹਾਂ ਜੀ ਹੁਣ ਅਤੇ ਦੇਖਦੇ ਹਾਂ ਕੀ ਮਾਹੌਲ ਹੈ ਮਾਹੌਲ ਵੈਸੇ ਕੁਛ ਖਾਸ ਵਧੀਆ ਨਹੀਂ ਹੈ ਕੋਈ ਪਤਾ ਨਹੀਂ ਹੈ ਵਾਪਸੀ ਇੱਧਰ ਨੂੰ ਆਉਣਾ ਪਵੇ ਅਤੇ ਰਾਤ ਇੱਥੇ ਰੁਕਣਾ ਪਵੇ ਜਿਹੜੇ ਹਿਸਾਬ ਦੀ ਵਿਜ਼ੀਬਿਲਿਟੀ ਹੈ ਜਦੋਂ ਜਦ ਸ਼ੁਰੂ ਹੈ ਜੀ ਦੁਬਾਰਾ ਮੈਂ ਮਾਫੀ ਚਾਹੁੰਦਾ ਜੀ ਅੱਜ ਮੈਂ ਕੈਮਰੇ 'ਚ ਨਹੀਂ ਦੇਖ ਸਕਦਾ ਅੱਗੇ ਪਿੱਛੇ ਤੇ ਡਰਾਈਵਿੰਗ ਕਰਦੇ ਵੇਖ ਲਈਦਾ ਹੁੰਦਾ ਤੈਨੂੰ ਤਾਂ ਨਾ ਖੇਤਾਂ 'ਚ ਵੜ ਜਾਣੀ ਗੱਡੀ ਕੁਛ ਨਜ਼ਰ ਆ ਰਿਹਾ ਜੀ ਜੇ ਤੁਹਾਨੂੰ ਨਹੀਂ ਆ ਰਿਹਾ ਸਾਨੂੰ ਤਾਂ ਜਮਾਂ ਹੀ ਨਹੀਂ ਆ ਰਿਹਾ ਇਹਨੂੰ ਫੋਲੋ ਕਰ ਲਾ ਥੋੜ੍ਹਾ ਦੂਰ ਹੋ ਕੇ ਫੋਲੋ ਕਰ ਹਾਂ ਦੂਰ ਹੋ ਕੇ ਫੋਲੋ ਕਰੀ ਸਾਨੂੰ ਤਾਂ ਕੁਛ ਦਿਖ ਨਹੀਂ ਰਿਹਾ ਆਹ ਬੰਦੇ ਨੂੰ ਕੋਈ ਜ਼ਿਆਦਾ ਨਜ਼ਰ ਆ ਰਿਹਾ ਲਓ ਜੀ ਇਹ ਇਹਦੇ ਇਹਦੇ 'ਚ ਭਾਵੇਂ ਵਿਜ਼ੀਬਿਲਿਟੀ ਤੁਹਾਨੂੰ ਥੋੜ੍ਹੀ ਬਹੁਤ ਨਜ਼ਰ ਆ ਰਹੀ ਹੈ ਪਰ ਅੱਗੇ ਬਹੁਤ ਘੱਟ ਹੈ ਅਤੇ ਸੋ ਸਿਮਰਨ ਜੀ ਸਾਨੂੰ ਗਾਈਡ ਕਰਦੇ ਹੋਏ ਇਹ ਸਿਮਰਨ ਕੈਮਰੇ 'ਚ ਕੋਈ ਰੂਹ ਲੱਗ ਰਹੀ ਹੈ ਦੇਖੋ ਹਾਂ ਦੇਖੋ ਬਿਲਕੁਲ ਅੱਗੇ ਨਜ਼ਰ ਨਹੀਂ ਆ ਰਿਹਾ ਉਹ ਕਿੱਥੇ ਗਿਆ ਮੁਸ਼ਕਿਲ ਦੇਖ ਰਿਹਾ ਆਹ ਦੇਖੋ ਬਿਲਕੁਲ ਨਾ ਆਹ ਦੇਖੋ ਫਿਰ ਗੈਪ ਹੋ ਗਈ ਵਿਜ਼ੀਬਿਲਿਟੀ ਤੁਸੀਂ ਵੇਖ ਸਕਦੇ ਹੋ ਕੁਛ ਨਹੀਂ ਨਜ਼ਰ ਆ ਰਿਹਾ ਲਓ ਜੀ ਇਸ ਵਲੋਗ ਦੇ ਵਿੱਚ ਤੁਹਾਨੂੰ ਹੋਰ ਕੁਛ ਨਹੀਂ ਬਸ ਧੁੰਦ ਹੀ ਧੁੰਦ ਦਿਖਾਵਾਂਗੇ ਕੀ ਕਹਿੰਦੇ ਇਹਨੂੰ ਡੀਫੋਕਸ ਹੀ ਦਿਖਾਵਾਂਗੇ ਸਾਰਾ ਕੁਛ ਧੁੰਦਲਾ ਵਲੋਗ ਸਾਰਾ ਕੁਛ ਡੀਫੋਕਸ ਹੈ ਇਹ ਵਲੋਗ ਦਾ ਨਾਂ ਹੀ ਰੱਖਾਂਗੇ ਡੀਫੋਕਸ ਫੋਕਸ ਫੋਕਸ ਸੋ ਜੀ ਗੱਲ ਇਹ ਹੈ ਵੀ ਠੰਡ ਵਾਲੇ ਦਿਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਅਹਿਤਿਆਤ ਰੱਖਣ ਦੀ ਲੋੜ ਹੁੰਦੀ ਹੈ ਦੇਖੀ ਭਰਾਵਾ ਕਿਤੇ ਫੁੱਟਪਾਥ 'ਤੇ ਨਾ ਜਾਣ ਦੀ ਆਹ ਦੇਖੋ ਆਹ ਕੁਛ ਵੀ ਨਹੀਂ ਨਜ਼ਰ ਆ ਰਿਹਾ ਕੁਛ ਵੀ ਨਹੀਂ ਬਸ ਲਾਈਟਾਂ ਜਿਹੀਆਂ ਨਜ਼ਰ ਆ ਰਹੀਆਂ ਦੂਰੋਂ ਅਹਿਤਿਆਤ ਜਿਹੜੀ ਹੈ ਨਾ ਉਹ ਜ਼ਰੂਰੀ ਹੈ ਜੀ ਸੋ ਖਾਸ ਕਰਕੇ ਸਰਦੀਆਂ ਦੇ ਵਿੱਚ 15 ਦਸੰਬਰ ਤੋਂ ਬਾਅਦ ਅਤੇ 15 ਜਨਵਰੀ ਤੱਕ ਖਾਸ ਕਰਕੇ ਇਹ ਜਿਹੜਾ ਇੱਕ ਮਹੀਨਾ ਹੁੰਦਾ ਹੈ ਇਹ ਬਹੁਤ ਜ਼ਿਆਦਾ ਜਿਹੜਾ ਲੈੱਸ ਵਿਜ਼ੀਬਿਲਿਟੀ ਵਾਲਾ ਹੁੰਦਾ ਹੈ ਅਤੇ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹਨਾਂ ਦਿਨਾਂ 'ਚ ਪ੍ਰੋਗਰਾਮ ਵੀ ਹੁੰਦੇ ਆ ਅਤੇ ਹੁਣ ਸਾਰਾ ਸਾਲ ਅਸੀਂ ਵਿਹਲੇ ਰਹਿ ਕੇ ਨਾ ਅਤੇ ਹੁਣ ਅਸੀਂ ਉੱਦਾਂ ਵੀ ਥੱਕੇ ਪਏ ਸੀਗੇ ਹੁਣ ਜਾ ਕੇ ਥੋੜ੍ਹੇ ਬਹੁਤੇ ਪ੍ਰੋਗਰਾਮ ਜਿਹੜੇ ਟਾਵੇਂ ਟਾਵੇਂ ਉਹ ਸ਼ੁਰੂ ਹੋਏ ਨੇ ਅਤੇ ਉਹ ਤੋਂ ਮੌਸਮ ਇੱਦਾਂ ਦਾ ਹੋ ਗਿਆ ਹੁਣ ਅਸੀਂ ਦੋਨੋਂ ਪਾਸੇ ਫਸੇ ਪਏ ਹਾਂ ਵੀ ਹੁਣ
ਹੁਣ ਐਸਾ ਸਫ਼ਰ ਕਰਨਾ ਹਰ ਸਾਲ ਪੈਂਦਾ ਸਾਨੂੰ ਜਿਹਦੇ 'ਚ ਨਜ਼ਰ ਕੁਛ ਨਹੀਂ ਆਉਂਦਾ ਅਸੀਂ 20-30 ਦੀ ਸਪੀਡ 'ਤੇ ਗੱਡੀ ਚਲਾਉਂਦੇ ਹਾਂ ਅਤੇ ਜਿੱਥੇ 4 ਘੰਟੇ ਦਾ ਰਸਤਾ ਹੁੰਦਾ ਉੱਥੇ 9-9 ਘੰਟੇ 8-8 ਘੰਟੇ ਲੱਗ ਜਾਂਦੇ ਆ ਕਈ ਵਾਰੀ ਕਿਉਂਕਿ ਸਪੀਡ ਗੱਡੀ ਦੀ ਹੁੰਦੀ ਨਹੀਂ ਪਿਛਲੀ ਵਾਰੀ ਅਸੀਂ ਕਾਨਪੁਰ ਗਏ ਸੀ ਯਾਦ ਹੈ ਨਾ ਜੀ ਬਿਲਕੁਲ ਉਦੋਂ ਕਿੰਨੀ ਧੁੰਦ ਸੀਗੀ ਤੁਸੀਂ ਬਿਲੀਵ ਕਰੋ ਵੀ ਅੱਖਾਂ ਐਂ ਕਰਕੇ ਡਰਾਈਵ ਕਰਨੀ ਪੈਂਦੀ ਸੀਗੀ ਅਤੇ ਸਿਰ ਦੁੱਖਣ ਲੱਗ ਪਿਆ ਕਿੰਨੇ 100 ਕਿਲੋਮੀਟਰ ਤੁਸੀਂ ਧੁੰਦ 'ਚ ਚਲਾਈ ਸੀ ਗੱਡੀ ਹਾਂ ਕਿੰਨੇ 100 ਕਿਲੋਮੀਟਰ 100 ਤੋਂ ਉੱਪਰ ਆਹ ਦੇਖਿਓ ਉਹ ਇੱਧਰ ਨੂੰ ਆਈ ਜਾ ਰਿਹਾ ਮੇਰੇ ਖਿਆਲ ਕਿ ਨਹੀਂ ਆਹੋ ਉਹ ਲੱਗਦਾ ਆਪਣੀ ਰਾਤ ਭਟਕ ਗਿਆ ਸੋ ਇੱਦਾਂ ਹੀ ਹੈ ਜੀ ਸਰਦੀਆਂ ਦੇ ਵਿੱਚ ਬਹੁਤ ਖਿਆਲ ਰੱਖਣਾ ਚਾਹੀਦਾ ਜੇ ਤੁਸੀਂ ਸੜਕ 'ਤੇ ਨਿਕਲਿਓ ਵੈਸੇ ਤਾਂ ਨਿਕਲਣ ਦੀ ਲੋੜ ਨਹੀਂ ਹੈ ਰਾਤ ਦੇ ਵੇਲੇ ਜੇ ਬਹੁਤ ਜ਼ਰੂਰੀ ਕੰਮ ਹੈਗਾ ਹੁਣ ਸਾਡਾ ਤਾਂ ਹੈ ਹੀ ਟਰੈਵਲਿੰਗ ਦਾ ਸਾਨੂੰ ਤਾਂ ਜਾਣਾ ਹੀ ਪੈਂਦਾ ਇੱਕ ਤੋਂ ਦੂਜੀ ਥਾਂ 'ਤੇ ਪ੍ਰੋਗਰਾਮ 'ਤੇ ਅਤੇ ਸਾਡੀ ਤਾਂ ਮਜਬੂਰੀ ਹੈ ਬਾਕੀ ਤੁਸੀਂ ਘਰਾਂ 'ਚ ਰਹੋ ਜਿਹੜੇ ਜਿਨ੍ਹਾਂ ਨੂੰ ਬਹੁਤ ਜ਼ਰੂਰੀ ਨਹੀਂ ਹੈ ਜੀ ਅਮਨ ਜੀ ਥੋੜ੍ਹੇ ਜਿਹੇ ਥੱਕ ਗਏ ਨੇ ਅਤੇ ਮੈਂ ਹੁਣ ਡਰਾਈਵ ਕਰਨ ਜਾ ਰਿਹਾ ਜੀ ਚਲੋ ਜੀ ਮੈਂ ਕਰਦਾ ਹੁਣ ਡਰਾਈਵ ਹੈ ਗੱਡੀ ਬਾਹਰ ਤਰੇਲੋ ਤਰੇਲੀ ਹੋਈ ਅੱਛਾ ਤਰਲਿਆਂ 'ਤੇ ਹੀ ਹੈ ਗੱਡੀ ਨੂੰ ਘਬਰਾਏ ਵੀ ਇੰਨਾ ਪਸੀਨਾ ਆ ਗਿਆ ਗੱਡੀ ਵੀ ਤਰਲਿਆਂ 'ਤੇ ਹੀ ਹੈ ਚਲੋ ਜੀ ਮੈਂ ਜਾਂਦਾ ਜੀ ਲਓ ਜੀ ਦਾਸ ਆ ਚੁੱਕੇ ਹੋਏ ਨੇ ਗਾਡੀ ਮੇ ਅਤੇ ਬਾਕੀ ਦੀ ਹੁਣ ਰਹਿੰਦੀ ਡਰਾਈਵਿੰਗ ਮੈਂ ਕਰਾਂਗਾ ਹਜੇ ਬਹੁਤ ਲੰਬਾ ਸਫ਼ਰ ਪਿਆ ਹੈ ਲਓ ਜੀ ਪਹੁੰਚ ਗਏ ਹਾਂ ਜੀ ਅਗਲੇ ਸਫ਼ਰ ਨੂੰ ਆਪਣੀ ਆਪਣੀ ਵੱਡੀਆਂ ਗੱਡੀਆਂ ਚੁੱਕੀਆਂ ਅਤੇ ਘਰ ਨੂੰ ਜਾਈਏ ਅਮਨਜੋਤ ਜੀ ਹੁਣ ਆਪਣੇ ਨਵੇਂ ਸਫ਼ਰ ਨੂੰ ਜਾਂਦੇ ਹੋਏ ਅਤੇ ਬਸ ਜੀ ਰਹਿ ਗਿਆ 5 ਕੁ ਮਿੰਟ ਦਾ ਸਫ਼ਰ ਹੋਰ ਅਤੇ ਇਸ ਤੋਂ ਬਾਅਦ ਫਿਰ ਸਫ਼ਰ ਸਮਾਪਤ ਹੈ ਹਾਂ ਘਰ ਜਾ ਕੇ ਪਾਓ ਲੰਮੇ ਅਤੇ ਕਰੋ ਆਰਾਮ ਠੀਕ ਹੈ ਜੀ ਮੂੰਹ 'ਚ ਧੂੰਆਂ ਦੇਖੋ ਕਿੰਨਾ ਆ ਰਿਹਾ ਮੈਂ ਵੀ ਕਰਾਂ ਟਰਾਈ ਸਾਰਾ ਮੇਰੇ ਮੂੰਹ 'ਤੇ ਪਾਤਾ ਤੂੰ ਆਈ ਐਮ ਰੀਅਲੀ ਬੈਡ ਮੇਰੀ ਅੱਖਾਂ 'ਚ ਪੈ ਗਿਆ ਚਲੋ ਜੀ ਸਿਮਰਨ ਕਿੱਥੇ ਹੈ ਫਿਰ ਨਹੀਂ ਤਾਂ ਲੋਕਾਂ ਨੇ ਕਹਿਣਾ ਵੀ ਸਿਮਰਨ ਕਿੱਥੇ ਗਿਆ ਸਿਮਰਨ ਕਮੈਂਟਸ ਦੇ ਵਿੱਚ ਲੋਕਾਂ ਨੇ 2-3 ਜਣਿਆਂ ਨੇ ਪੁੱਛਿਆ ਸਿਮਰਨ ਕਿੱਥੇ ਗਿਆ ਕਿਤੇ ਭੱਜ ਤਾਂ ਨਹੀਂ ਗਿਆ ਲੱਗਦਾ ਆਪਾਂ ਇਹਦੇ ਨਾ ਹੁੰਦੇ ਵਲੌਗ ਨਹੀਂ ਬਣਾਇਆ ਪਰ ਕੀਰਤਨ ਤਾਂ ਲੋਕਾਂ ਨੇ ਸੁਣਿਆ ਸੀ ਹਾਂਜੀ ਹਾਂਜੀ ਬਾਬਾ ਜੀ ਚੱਲੇ ਹੋ ਕਰ ਲਈ ਲੋਈ ਸੋਈ ਪੈਕ ਹੋ ਕੇ ਜਾਣਾ ਪੂਰਾ ਚਲੋ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਅਤੇ ਕਰਦੇ ਹਾਂ ਫਿਰ ਦਰਸ਼ਨ ਜੇ ਵਲੌਗ ਪਸੰਦ ਆਇਆ ਤਾਂ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਜੀ ਫਿਰ ਨਵੇਂ ਵਲੌਗ 'ਚ ਹਾਜ਼ਰ ਹੋਣੇ ਹਾਂ ਧੁੰਦ ਵਲੌਗ ਲਾਈਕ ਆ ਵਾਲਾ ਹੁੰਦਾ ਇਦਾਂ ਧੁੰਦ ਵਲੌਗ ਬਣਿਆ ਡੀ ਫੋਕਸ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ